ਹੈਲੋ ਗਾਈਸ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਅੱਜ ਮੇਰਾ ਪਹਿਲਾ ਵਲੌਗ ਹੈ ਅਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਆਪਣਾ ਸੈਲੂਨ ਜਿੱਥੇ ਮੈਂ ਜੋਬ ਕਰਦਾ। ਇਹ ਹੈ ਲੁੱਕ ਸੈਲੂਨ, 22 ਨੰਬਰ ਏਰੀਆ। ਚਲੋ ਆਪਾਂ ਇਸ ਦੇ ਅੰਦਰ ਚੱਲਦੇ ਹਾਂ। ਅੰਦਰ ਐਂਟਰ ਕਰਦੇ ਹੀ ਸਭ ਤੋਂ ਪਹਿਲਾਂ ਵਧੀਆ ਸੋਫੇ ਵਗੈਰਾ ਲੱਗੇ ਹੋਏ ਨੇ, ਅਤੇ ਇਹ ਵਾਲਾ ਜੋ ਏਰੀਆ ਇਹ ਵੇਟਿੰਗ ਏਰੀਆ ਹੈ। ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਵਾਈਫ, ਇਸ ਦੇ ਅੰਦਰ ਫਰੰਟ ਦੇ ਵਿੱਚ ਤੁਹਾਨੂੰ ਵੇਟਿੰਗ ਏਰੀਆ ਦੇਖਣ ਨੂੰ ਮਿਲ ਜਾਏਗਾ। ਅਤੇ ਸਾਹਮਣੇ ਇਸ 'ਤੇ ਰਿਸੈਪਸ਼ਨ ਹੈ ਜਿੱਥੇ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ। ਸਾਹਮਣੇ ਜੋ ਤੁਸੀਂ ਇਹ ਦੇਖ ਰਹੇ ਹੋ ਕੈਰਾ ਸਟੇਜ ਅਤੇ ਸ਼ੈਂਪੂ, ਲੋਰੀਅਲ ਜਾਂ ਫਿਰ ਕੋਈ ਵੀ ਹੋਰ ਬ੍ਰਾਂਡ ਤੁਹਾਨੂੰ ਹੋਰ ਜਗ੍ਹਾ ਤੋਂ ਮਿਲ ਜਾਏਗਾ, ਬਟ ਜੋ ਕੈਰਾ ਸਟੇਜ ਹੈ ਇਹ ਲੁਕਸ ਸੈਲੂਨ ਦਾ ਜਾਂ ਲੁਕਸ ਦਾ ਆਪਣਾ ਪਰਸਨਲ ਬ੍ਰਾਂਡ ਹੈ ਅਤੇ ਤੁਹਾਨੂੰ ਲੁਕਸ ਸੈਲੂਨ ਤੋਂ ਇਲਾਵਾ ਹੋਰ ਕਿਤੇ ਨਹੀਂ ਮਿਲੇਗਾ। ਇਹ ਸਾਹਮਣੇ ਰਿਸੈਪਸ਼ਨ, ਇਹਦੇ ਵਿੱਚ ਦੇਖੋ ਲੁਕਸ ਦੀ ਬ੍ਰਾਂਡਿੰਗ ਕੀਤੀ ਹੋਈ ਹੈ। ਹੁਣ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਮੈਂ ਆਪਣਾ ਕੰਮ ਕਰਦਾ। ਇਹ ਹੈ ਮੇਰਾ ਨੇਲ ਆਰਟ ਸੈਕਸ਼ਨ, ਤੁਹਾਨੂੰ ਇਹਦੀ ਮੈਂ ਪ੍ਰੋਪਰ ਇੱਕ ਡਿਟੇਲ ਵਿਊ ਦਿਖਾਉਣਾ ਥੋੜ੍ਹਾ ਜ਼ੂਮ ਕਰਕੇ। ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਿਲਸ ਦੇ ਜੈਲ ਪੋਲਿਸ਼ਸ, ਅਤੇ ਹੇਠਾਂ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦੇ ਵਿੱਚ ਕੂਚੀਓ ਦੇ, ਇਹ ਕਾਫੀ ਜ਼ਿਆਦਾ ਪ੍ਰੀਮੀਅਮ ਅਤੇ ਕੋਸਟਲੀ ਬੈਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਮੇਰੇ ਕੁਝ 3D ਆਰਟਸ ਜਿਹਦੇ ਵਿੱਚ ਮੈਂ ਆਪਣੀ ਫੋਟੋ ਵੀ ਪੇਸਟ ਕੀਤੀ ਹੋਈ ਹੈ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਆਪਣੀ ਸਭ ਤੋਂ ਪਹਿਲੀ ਪੋਰਟਰੇਟ ਜੋ ਮੈਂ ਬ੍ਰਸ਼ ਆਰਟ ਦੇ ਥਰੂ ਕੀਤੀ ਸੀ। ਕਾਫੀ ਜ਼ਿਆਦਾ ਬਰੀਕੀ ਦਾ ਕੰਮ ਹੈ ਅਤੇ ਸਿੱਧੂ ਮੂਸੇਵਾਲੇ ਦੀ ਮੈਨੇ ਬਣਾਈ ਸੀ, ਤੁਸੀਂ ਚੈੱਕ ਕਰ ਸਕਦੇ ਹੋ ਇਸਦੀ ਕੁਆਲਿਟੀ। ਤਕਰੀਬਨ 1 ਘੰਟੇ ਦੇ ਵਿੱਚ ਮੈਨੇ ਕੰਪਲੀਟ ਕਰਤੀ ਸੀ। ਵੈਸੇ ਕਾਫੀ ਜ਼ਿਆਦਾ ਬਰੀਕੀ ਦਾ ਕੰਮ ਹੈ ਅਤੇ ਧਿਆਨ ਨਾਲ ਕੰਮ ਕਰਨਾ ਪੈਂਦਾ। ਹੁਣ ਮੈਂ ਤੁਹਾਨੂੰ ਦਿਖਾਉਂਦਾ ਆਪਣੀ ਨੇਲਸ ਦੀ ਕਲੈਕਸ਼ਨ। ਇਹ ਸਾਰੇ ਮੇਰੇ ਪਰਸਨਲ ਬ੍ਰਸ਼ ਆਰਟ ਨੇ ਜੋ ਮੈਂ ਇੱਕ ਬਾਕਸ ਦੇ ਵਿੱਚ ਡਿਸਪਲੇ ਕੀਤੇ ਨੇ। ਮੈਂ ਇਹਨੂੰ ਓਪਨ ਕਰਕੇ ਤੁਹਾਨੂੰ ਥੋੜ੍ਹਾ ਪ੍ਰੋਪਰਲੀ ਦਿਖਾਉਂਦਾ ਜੋ ਮੇਨ ਨੇ ਜਿਨ੍ਹਾਂ ਉੱਪਰ ਜ਼ਿਆਦਾ ਬਰੀਕੀ ਨਾਲ ਮੈਂ ਥੋੜ੍ਹਾ ਡੈਡੀਕੇਸ਼ਨ ਨਾਲ ਕੰਮ ਕੀਤਾ ਸੀ। ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਵੱਡੀ ਕਲੈਕਸ਼ਨ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਰਨ ਔਜਲਾ, ਇਹਦੀ ਵੀ ਤੁਸੀਂ ਡਿਟੇਲਿੰਗ ਚੈੱਕ ਕਰੋ। ਇਹ ਵੀ ਸਾਰੀ 8x10 ਬ੍ਰਸ਼ ਆਰਟ ਹੈ। ਬ੍ਰਸ਼ ਆਰਟ ਇੱਕ ਬਹੁਤ ਜ਼ਿਆਦਾ ਬਰੀਕੀ ਦਾ ਕੰਮ ਹੈ ਅਤੇ ਇਹ ਹੈ ਭਗਤ ਸਿੰਘ ਜੀ, ਸ਼ਹੀਦ ਭਗਤ ਸਿੰਘ। ਦੇਖੋ ਤੁਸੀਂ ਮਲਟੀਪਲ ਆ ਸਨਸੈਟ ਬਣਾਇਆ ਇੱਕ, ਇੱਕ ਬਰੀਕੀ ਦਾ ਕੰਮ ਇਸ ਕਰਕੇ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਕਲਰਸ ਦੀ ਬਲੈਂਡਿੰਗ ਕਰਨੀ ਪੈਂਦੀ ਹੈ ਤਾਂ ਕਿ ਅਸੀਂ ਇੱਕ ਫਾਈਨਲ ਨੇਲ ਆਰਟ ਨੂੰ ਪੋਰਟਰੇਟ ਕਰ ਸਕੀਏ। ਆਹ ਦੇਖੋ ਡੋਰੀਮੋਨ, ਬੱਚਿਆਂ ਨੂੰ ਬਹੁਤ ਪਸੰਦ ਹੈ ਡੋਰੀਮੋਨ, ਚੱਕ ਸਕਦੇ ਹਾਂ। ਟੋਮ ਐਂਡ ਜੈਰੀ ਵੀ ਪਏ ਨੇ, ਮਿੱਕੀ ਮਾਊਸ ਅਤੇ ਹੋਰ ਕਈ ਸਾਰੇ ਡਿਜ਼ਾਇਨਸ ਨੇ, ਅਤੇ ਇਹ ਹੋਰ ਕੁਛ ਮੇਰੇ ਡਿਫਰੈਂਟ ਡਿਫਰੈਂਟ ਡਿਜ਼ਾਇਨਸ ਨੇ। ਤੁਸੀਂ ਸਾਰਿਆਂ ਨੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਕਿਹੜਾ ਡਿਜ਼ਾਇਨ ਸਭ ਤੋਂ ਜ਼ਿਆਦਾ ਪਸੰਦ ਆਇਆ। ਜਿਨ੍ਹਾਂ ਨੇ ਵੀਡੀਓ ਲਾਈਕ ਨਹੀਂ ਕੀਤੀ ਉਹ ਫਟਾਫਟ ਪਹਿਲਾਂ ਲਾਈਕ ਕਰਕੇ ਆਓ। ਤੁਹਾਨੂੰ ਇੱਕ ਹੋਰ ਦਿਖਾਉਣਾ, ਦੇਖੋ ਡੋਰੀਮੋਨ ਅਤੇ ਜਿੰਨੇ ਵੀ ਕਾਰਟੂਨਸ ਨੇ ਉਹ ਸਾਰੇ ਪਏ ਨੇ। ਤੁਸੀਂ ਨੇ ਤਾਂ ਇਸ ਬ੍ਰਸ਼ ਆਰਟ ਨੂੰ ਦੇਖੋ, ਇੰਜੋਏ ਕਰੋ, ਅਤੇ ਸਾਡਾ ਪਹਿਲਾ ਵਲੌਗ ਹੈ, ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਅਤੇ ਲਾਈਕ ਜ਼ਰੂਰ ਕਰੋ। ਮੈਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਟੈਗ ਕਰ ਦਿਓ, ਮੈਂ ਤੁਹਾਡੀ ਸਟੋਰੀ ਮੈਂਸ਼ਨ ਕਰ ਦਾਂਗਾ। ਚਲੋ ਗਾਇਸ, ਹੁਣ ਨੇਲ ਸੈਕਸ਼ਨ ਤੋਂ ਅਸੀਂ ਅੱਗੇ ਵੱਧਦੇ ਹਾਂ। ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਹੇਅਰਸ ਦਾ ਸੈਕਸ਼ਨ ਹੈ, ਇੱਥੇ ਲੇਡੀਜ਼ ਦਾ ਕੰਮ ਹੁੰਦਾ ਮੇਨਲੀ, ਇੱਥੇ ਜਿੰਨਾ ਵੀ ਹੇਅਰ ਕੈਮੀਕਲ ਦਾ, ਹੇਅਰ ਕਟਿੰਗ ਦਾ, ਸਟਾਈਲਿੰਗ ਦਾ, ਉਹ ਸਾਰਾ ਕੰਮ ਹੈ ਅਤੇ ਸਾਰਾ ਲੇਡੀਜ਼ ਦਾ ਏਰੀਆ। ਸ਼ੀਸ਼ੇ 'ਚ ਤੁਸੀਂ ਮੈਨੂੰ ਵੀ ਦੇਖ ਸਕਦੇ ਹੋ, ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਕਲਰ ਟਿਊਬਸ। ਚਲੋ ਆਪਾਂ ਅੱਗੇ ਵੱਧਦੇ ਹਾਂ। ਇਹ ਆਪਣਾ ਹੁਣ ਮੇਕਅਪ ਰੂਮ, ਇਹਦੇ ਵਿੱਚ ਹੇਅਰ ਡੂ ਹੁੰਦਾ ਅਤੇ ਬਾਕੀ ਓਵਰਆਲ ਜੋ ਮੇਕਅਪ ਦਾ ਕੰਮ ਹੈ ਉਹ ਸਾਰਾ ਇੱਥੇ ਹੁੰਦਾ। ਲਾਈਟਸ ਔਨ ਕਰ ਦਿੱਤੀਆਂ ਅਤੇ ਤੁਸੀਂ ਦੱਸੋ ਵਲੌਗ ਕਿੱਦਾਂ ਲੱਗ ਰਿਹਾ। ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਸੋਹਣੀ ਡਿਸਪਲੇ ਬਣੀ ਹੋਈ ਹੈ। ਬਾਕੀ ਤੁਸੀਂ ਓਵਰਆਲ ਕੁਆਲਿਟੀ ਚੈੱਕ ਕਰੋ ਅਤੇ ਇੱਥੇ ਹਰ ਇੱਕ ਚੀਜ਼ ਪ੍ਰੀਮੀਅਮ ਹੈ, ਅੰਦਰੋਂ ਵੀ ਬਹੁਤ ਸੋਹਣਾ ਅਤੇ ਓਵਰਆਲ ਇੱਕ ਲਗਜ਼ਰੀ ਅਤੇ ਡੀਲਕਸ ਸੈਲੂਨ ਹੈ।
ਇੱਕ ਅੰਦਰ ਵੀ ਦੇਖੋ ਤੁਸੀਂ ਕੈਰਾ ਸਟਾਰਸ ਦਾ ਸ਼ੈਂਪੂ ਸਟੇਸ਼ਨ, ਇੱਥੇ ਹੇਅਰ ਵਾਸ਼ ਹੁੰਦੇ ਆ ਕੈਰਾ ਸਟਾਰਸ ਦੇ ਪ੍ਰੋਡਕਟਸ ਨਾਲ। ਹੁਣ ਅਸੀਂ ਚੱਲਦੇ ਹਾਂ ਬਾਹਰ ਜੈਂਟਸ ਦੇ ਸੈਕਸ਼ਨ। ਲੈਫਟ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਸਾਰਾ ਮੈਨਸ ਏਰੀਆ, ਇੱਥੇ ਜਿੰਨੇ ਵੀ ਬੀਅਡ ਵਗੈਰਾ ਮਸਟੇਸ਼ਨ ਵਗੈਰਾ ਦੇ ਕੰਮ ਹੁੰਦੇ ਨੇ, ਹੇਅਰ ਕਟਿੰਗ ਵਗੈਰਾ। ਅਤੇ ਰਾਈਟ ਸਾਈਡ 'ਤੇ ਫਿਰ ਲੇਡੀਜ਼ ਏਰੀਆ। ਚਲੋ ਥੋੜ੍ਹਾ ਅੱਗੇ ਮੂਵ ਕਰਦੇ ਹਾਂ ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮੈਨੀ ਪੈਡੀ ਸੈਕਸ਼ਨ। ਇੱਥੇ ਸਾਰਾ ਮੈਨੀਕਿਓਰ ਅਤੇ ਪੈਡੀਕਿਓਰ ਦਾ ਕੰਮ ਹੁੰਦਾ ਹੈ। ਇਹ ਆ ਗਿਆ ਆਪਣਾ ਸ਼ੈਂਪੂ ਸਟੇਸ਼ਨ, ਇੱਥੇ ਹੇਅਰ ਵਾਸ਼ ਵਗੈਰਾ ਹੁੰਦੇ ਆ। ਚਲੋ ਮੈਂ ਤੁਹਾਨੂੰ ਥੋੜ੍ਹਾ ਡਿਟੇਲ ਦੇ ਵਿੱਚ ਦਿਖਾਉਂਦਾ ਥੋੜ੍ਹਾ ਨੇੜਿਓਂ ਜਾ ਕੇ। ਇਹ ਨੇ ਆਪਣੇ ਫਿਊਜ਼ੀਓਡੋਜ਼ ਜੋ ਕਿ ਹੇਅਰ ਟ੍ਰੀਟਮੈਂਟ ਦੇ ਵਿੱਚ ਯੂਜ਼ ਹੁੰਦੇ ਨੇ, ਅਤੇ ਸਾਹਮਣੇ ਇੱਕ ਬੜਾ ਵਧੀਆ ਡਿਸਪਲੇ ਲੱਗਿਆ ਹੋਇਆ। ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ, ਇਹ ਦੇਖੋ ਇੱਧਰ ਸਾਡਾ ਪੈਂਟਰੀ ਜਿੱਥੇ ਬਹਿ ਕੇ ਅਸੀਂ ਲੰਚ ਵਗੈਰਾ ਕਰਦੇ ਹਾਂ ਆਪਣਾ। ਅਤੇ ਅੱਗੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਬਿਊਟੀ ਰੂਮ ਜਿੱਥੇ ਸਪਾ, ਫੇਸ਼ੀਅਲ, ਹਾਈਡਰਾਫੇਸ਼ੀਅਲ ਵਗੈਰਾ ਹੁੰਦਾ, ਵੈਕਸਿੰਗ ਵਗੈਰਾ ਵੀ ਬੜੀ ਵਧੀਆ ਕੀਤੀ ਜਾਂਦੀ ਹੈ। ਇੱਥੇ ਮੈਂ ਲਾਈਟਸ ਔਨ ਕਰ ਦਿੱਤੀਆਂ, ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ। ਅਤੇ ਸਟਾਫ ਨੇ ਇਹਦੀ ਡੈਕੋਰੇਸ਼ਨ ਬੜੀ ਵਧੀਆ ਅਤੇ ਚੰਗੇ ਤਰੀਕੇ ਨਾਲ ਕੀਤੀ ਹੋਈ ਹੈ। ਇੱਕ ਤੁਸੀਂ ਮੈਂ ਬੈੱਡ ਦੇ ਉੱਪਰ ਚੈੱਕ ਕਰੋ, ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ। ਇਹ ਦੇਖੋ ਟੋਵਲਸ ਦੇ ਕਰਾਫਟਸ ਬਣਾਏ ਹੋਏ ਨੇ, ਕਿੰਨੇ ਵਧੀਆ ਲੱਗ ਰਹੇ ਨੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਹਰ, ਇੱਥੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਵੀ ਦੋ ਬਿਊਟੀ ਰੂਮ ਹੋਰ ਨੇ, ਉਹ ਵੀ ਬੜੇ ਵਧੀਆ ਮੇਨਟੇਨ ਕੀਤੇ ਹੋਏ ਨੇ ਅਤੇ ਡੈਕੋਰੇਟ ਕੀਤੇ ਹੋਏ ਨੇ ਸਟਾਫ ਨੇ। ਬਾਹਰ ਚੱਲਦੇ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਾਲਾ ਇਹ ਸਾਰਾ ਏਰੀਆ। ਇਹ ਹੈ ਲੇਡੀਜ਼ ਸੈਕਸ਼ਨ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਲੇਡੀਜ਼ ਦਾ ਕੰਮ ਹੁੰਦਾ ਹੇਅਰ ਵਗੈਰਾ ਦਾ। ਅਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣਾ ਨੇਲ ਆਰਟ ਸੈਕਸ਼ਨ। ਅਤੇ ਹੁਣ ਮੈਂ ਰਿਸੈਪਸ਼ਨ ਕੋਲ ਖੜ ਕੇ ਵੀਡੀਓ ਸ਼ੂਟ ਕਰ ਰਿਹਾ, ਇਹ ਆਪਣਾ ਵੇਟਿੰਗ ਰੂਮ। ਹੁਣ ਤੁਹਾਨੂੰ ਕੁਝ ਪ੍ਰੋਡਕਟਸ ਦਿਖਾਵਾਂਗੇ ਥੋੜ੍ਹਾ ਨੇੜਿਓਂ। ਇਹ ਆਪਣਾ ਕੈਰਾਸਿਸ ਦਾ ਸ਼ੈਂਪੂ, ਦੇਖੋ ਕਰੋਮਾ ਐਬਸਲੂਸ, ਇਹ 250 ml। ਅਤੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਲੋਰੀਅਲ ਪ੍ਰੋਫੈਸ਼ਨਲਸ ਦੇ ਸਾਰੇ ਜੈਨੂਅਨ ਪ੍ਰੋਡਕਟਸ, ਤੁਸੀਂ ਚੈੱਕ ਕਰ ਸਕਦੇ ਹੋ। ਇਹ ਲੋਰੀਅਲ ਐਬਸਲੂਟ, ਅਤੇ ਜਿਹੜਾ ਸੈਕਸ਼ਨ ਹੈ ਨਾ ਸਾਰਾ ਇਹ ਲੋਰੀਅਲ ਪ੍ਰੋਫੈਸ਼ਨਲਸ ਦੇ ਪ੍ਰੋਡਕਟ ਨਾਲ ਹੀ ਭਰਿਆ ਹੋਇਆ। ਅਤੇ ਵਲੋਗ ਦਾ ਵੀ ਕਰਦੇ ਹਾਂ, ਹੁਣ ਚੱਲਦੇ ਹਾਂ ਲੁੱਕ ਸੈਲੂਨ ਦੇ ਬਾਹਰ। ਅਤੇ ਬਾਹਰ ਦਾ ਤੁਹਾਨੂੰ ਦਿਖਾਉਂਦਾ ਇਨਵਾਇਰਮੈਂਟ, ਅੱਜ ਬੜਾ ਵਧੀਆ ਸਨੀ ਵੈਦਰ, ਸਾਹਮਣੇ ਪਾਰਕਿੰਗ ਦੇਖ ਸਕਦੇ ਹੋ ਅਤੇ ਬਾਕੀ ਹੋਰ ਏਰੀਆ, ਨਾਲ ਇੱਕ ਕੈਫੇ ਹੈ। ਓਵਰਆਲ ਤੁਹਾਨੂੰ ਮੇਰਾ ਪਹਿਲਾ ਵਲੋਗ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ, ਜੇ ਕਿਸੇ ਦੀ ਕੋਈ ਰਾਏ ਹੈ ਉਹ ਵੀ ਜ਼ਰੂਰ ਕਮੈਂਟ ਕਰਨਾ। ਗਾਇਸ, ਕਲਾਇੰਟ ਦੀ ਅਪੁਆਇੰਟਮੈਂਟ ਦਾ ਟਾਈਮ ਹੋ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੀ ਨੇਲ ਆਰਟ ਕਰਨ ਲੱਗਿਆ। ਇਹ ਤੁਸੀਂ ਮੇਰੀ ਕਲਿੱਪ ਦੇਖ ਸਕਦੇ ਹੋ ਨੇਲ ਐਕਸਟੈਂਸ਼ਨ ਕਰਦੇ ਦੀ। ਇਹ ਸੀ ਆਪਣਾ ਅੱਜ ਦਾ ਵਲੋਗ, ਨੈਕਸਟ ਵਲੋਗ ਕਿੱਦਾਂ ਚਾਹੀਦਾ ਮੈਨੂੰ ਜ਼ਰੂਰ ਦੱਸਿਓ। ਓਕੇ ਗਾਇਸ, ਗੁੱਡ ਬਾਏ, ਹੈਵ ਏ ਨਾਈਸ ਡੇ।